ਮੈਂ ਸਗੇਟ ਚੌਂਕ ਬਾਈ ਕਿੰਨੀ ਕੁ ਮੀਂਹ ਲੱਗਦਾ ਹੈ ਦੂਜੀ ਬਾਰਿਸ਼ ਹੋਈ ਹੈ ਇਸ ਵਾਰ ਮੌਸਮ ਤੋਂ ਲੈ ਕੇ
ਅੱਧੇ ਘੰਟੇ ਬਾਰਿਸ਼ ਨੇ ਜਲ ਥਲ ਕੀਤੀ ਪਈ ਹੈ, ਨਾ ਨਾਲੇ ਸਫਾਈ ਹੋਈ, ਨਾ ਛੋਟੇ ਨਾਲੇ ਸਫਾਈ ਹੋਈ। ਅੱਗੇ ਜਾ ਕੇ ਪਤਾ ਕੀ ਬਣੂ ਜੇ ਹੁਣੇ ਹਾਲਾਤ ਨੇ। ਪਾਣੀ ਵੱਢ ਗਿਆ ਘਰ, ਪਾਣੀ ਘਰ ਅੰਦਰ ਵੜਿਆ ਹੋਇਆ ਜੀ। 5:30 ਲੱਗੇ ਪਿਆ ਕੱਢਣ, ਸਾਰਾ ਮਹੱਲਾ ਦੇਖ ਲਓ ਆ ਕੇ, ਕੱਲ ਕੱਲਾ ਕੱਲਾ ਕਰਕੇ ਚੈੱਕ ਕਰ ਲਓ ਪਾਣੀ ਅੰਦਰ ਸਭ ਦੇ ਘਰਾਂ ਦੇ। ਕਿੰਨਾ ਕੁ ਮੀਂਹ ਪਿਆ ਜੀ? ਮੀਂਹ ਤਾਂ ਸਿਰ ਅੱਧਾ ਘੰਟਾ ਮੀਂਹ ਪਿਆ, ਸਿਰਫ ਅੱਧੇ ਘੰਟੇ ਮੀਂਹ ਨੇ ਹਾਲਾਤ ਕਰਤੇ ਜੀ। ਸਾਨੂੰ 6 ਮਹੀਨੇ ਕਹਿੰਦੇ ਆ ਰਹੇ ਵੀ ਸਾਡਾ ਬਸੰਤਪੁਰ ਮਹੱਲਾ ਨਾਲਾ ਸਾਫ਼ ਕਰ ਦਿਓ ਜੀ। ਪੱਪੂ ਜੀ ਨੂੰ ਕਿਹਾ, MLA ਸਾਹਿਬ ਨੂੰ ਕਿਹਾ, ਕਿਸੇ ਨੇ ਸਾਡੀ ਸੁਣੀ ਨਹੀਂ ਹੈਗੀ ਜੀ। ਹੁਣ ਬੱਚਾ ਸਕੂਲ ਜਾਣਾ, ਦੱਸੋ ਕਿਵੇਂ ਜਾਣਗੇ ਬੱਚੇ? ਕਹਿੰਦੇ ਦੇ ਬਾਵਜੂਦ ਵੀ ਦੇਖ ਲਓ ਪਾਣੀ ਅੰਦਰ ਵੜ ਕੇ ਸਾਰੀਆਂ ਮਸ਼ੀਨਾਂ ਖਰਾਬ ਹੋ ਗਈਆਂ, ਨੁਕਸਾਨ ਹੋ ਗਿਆ, ਸਾਰਾ ਪੇਪਰ ਭਿੱਜ ਗਿਆ। ਦੱਸੋ ਇਹਦੀ ਭਰਪਾਈ ਕੌਣ, ਸਰਕਾਰ ਕਰੂ, ਕੌਣ ਕਰੂਗੀ? ਕਹਿੰਦੇ ਆ ਸੜਕਾਂ ਉੱਚੇ ਚੱਕਦੀ, ਉੱਚੇ ਚੱਕਦੀ, ਉੱਚੇ ਚੱਕ ਕੇ ਤਾਂ ਹੋਰ ਸਾਡੇ ਤਾਂ ਘਰ 'ਚ ਅੰਦਰ ਵੀ ਪਾਣੀ ਵੜੂਗਾ, ਕੀ ਕਰੀਏ? ਸਿੱਧਾ ਗਰੀਬ ਬੰਦੇ ਆ, ਛੱਤਾਂ ਉੱਚੇ ਚੱਕੇਗਾ, ਫਰਸ਼ ਉੱਚੇ ਚੱਕੀਏ, ਕੀ ਕਰੀਏ? ਅਸੀਂ ਬਿਮਾਰ ਬੰਦੇ ਆ ਕੇ ਦੋਨੋਂ ਜਣੇ ਪਾਣੀ ਚੱਕੀ ਕਰਾਂਗੇ ਤਾਂ ਆਪਣੇ ਸਰੀਰ ਦਾ ਕਰਾਂਗੇ? ਬਹੁਤ ਔਖੀਆਂ ਸਨ, ਤਾਂ ਬ੍ਰੇਨ ਦੇ ਪੇਸ਼ੈਂਟ ਆ ਮੈਂ ਤਾਂ, ਕੀ ਕਰੀਏ ਕੀ ਨਾ ਕਰੀਏ ਦੱਸੋ? ਅਸੀਂ ਕੌਣ ਕੱਢੂ, ਕਮੇਟੀ ਕੱਢੂ ਆ ਕੇ ਪਾਣੀ ਅੰਦਰੋਂ?